ਪਾਰਕਸ ਦੀ ਜਿਹੜੀ ਹੈਗੀ ਆ ਮੇਨਟੇਨੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਉਹਦੇ ਵਿੱਚ ਜਿਮਸ ਜਿਹੜੇ ਹੈਗੇ ਓਪਨ ਏਅਰ ਜਿਮ ਉਹ ਵੀ ਲਗਾ ਰਹੇ ਹੈਗੇ ਆ। ਇਸ ਦੇ ਨਾਲ ਹੀ ਸਾਡਾ ਇਹ ਆਈਡੀਆ ਹੈਗਾ ਵੀ ਕੁਝ ਟਾਈਮ ਤੋਂ ਬਾਅਦ ਜਦੋਂ ਇਹ ਡਿਵੈਲਪ ਹੋ ਜਾਣਗੇ, ਅਸੀਂ ਜਿਹੜੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਆ ਉਹਨਾਂ ਨੂੰ ਇਹ ਪਾਰਕ ਜਿਹੜੇ ਹੈਗੇ ਦੇਣਾ ਚਾਹਾਂਗੇ ਫੋਰ ਆਪਰੇਸ਼ਨ ਐਂਡ ਮੇਨਟੇਨੈਂਸ ਵਾਸਤੇ। ਇਹਦੇ ਵਿੱਚ ਅਸੀਂ ਸਾਈਕਲ ਰੈਲੀ ਕਰਾਂਗੇ ਜੀ, ਨਾਲ ਹੀ ਇਹਦੇ ਵਿੱਚ ਸਕੂਲਾਂ ਕਾਲਜਾਂ ਨੂੰ ਐਸੋਸੀਏਟ ਕਰਕੇ ਇੱਕ ਅਸੀਂ ਮਾਡਲਿੰਗ ਦਾ ਇਵੈਂਟ ਕਰਾਂਗੇ, ਜਿਹਦੇ ਵਿੱਚ ਕਿ ਸਾਡੇ ਜਿਹੜੇ ਹੈਗੇ ਇੱਥੋਂ ਦੇ ਆਈਕੋਨ ਹੈਗੇ ਆ ਹਰਮਿੰਦਰ ਦੁਲੋਵਾਲ, ਉਹ ਪਾਰਟੀਸਪੇਟ ਕਰਨਗੇ, ਉਹਨਾਂ ਦੇ ਜਿਹੜੇ ਨਾਲ ਗਰੁੱਪ ਹੈਗੇ ਉਹ ਪਾਰਟੀਸਪੇਟ ਕਰਨਗੇ। ਇਸ ਤੋਂ ਇਲਾਵਾ ਅਸੀਂ ਇੱਥੇ ਇੱਕ ਵੇਸਟ ਟੂ ਵੰਡਰ ਪਾਰਕ ਜਿਹੜਾ ਹੈਗਾ ਆ ਉਹ ਡਿਵੈਲਪ ਕਰਵਾਇਆ ਹੈਗਾ ਆ। ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਅਸੀਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਕਰਾਂਗੇ। ਬਿਲਕੁਲ ਜੀ, ਹਾਊਸ ਦੇ ਏਜੰਡੇ ਜਿਹੜੇ ਹੁੰਦੇ ਉਹ ਕੰਮ ਕਰਨ ਲਈ ਹੁੰਦੇ ਆ, ਨਗਰ ਨਿਗਮ ਨੂੰ ਦੇਖ ਕੇ ਉਹਦੇ ਏਜੰਡੇ ਜਿਹੜੇ ਉਹ ਲਿਖੇ ਜਾਂਦੇ ਆ, ਅਤੇ ਉਹਦੇ ਵਿੱਚ ਕੁਛ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਉਹ ਅਸੀਂ ਸਟਾਰਟ ਕਰਵਾ ਦਿੱਤੇ ਗਏ ਹੈਗੇ ਆ। ਜਿਵੇਂ ਕਿ ਅਸੀਂ ਉਹਦੇ ਵਿੱਚ ਏਜੰਡਾ ਸੀਗਾ ਵੈਂਡਿੰਗ ਜ਼ੋਨ ਜਿਹੜੇ ਹੈਗੇ ਸਥਾਪਿਤ ਕਰਨਾ, ਜਿਹੜੀਆਂ ਰੇਹੜੀਆਂ ਵਗੈਰਾ ਇੱਕ ਪਾਸੇ ਲਗਾਉਣ ਵਾਸਤੇ ਸਰਕਾਰ ਦਾ ਹੈਗਾ, ਉਹਦੇ 'ਤੇ ਕੰਮ ਕਰ ਰਹੇ ਹਾਂ ਅਸੀਂ। ਪਾਰਕਿੰਗ ਸਪੇਸਿਸ ਸਿਟੀ ਦੇ ਵਿੱਚ ਜਿਹੜੀਆਂ ਹੈਗੀਆਂ ਬਣਾਉਣ ਦੀ ਉਹ ਅਸੀਂ ਕਰ ਰਹੇ ਹੈਗੇ। ਇਹੋ ਜਿਹੇ ਹੋਰ ਬਹੁਤ ਸਾਰੇ ਏਜੰਡੇ ਜਿਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ। ਉਹਦੇ ਵਿੱਚ ਇੱਕ ਐਪਰੋਪ੍ਰੀਏਟ ਜਗ੍ਹਾ ਸਾਨੂੰ ਮਿਲੀ ਹੈਗੀ, ਉਹਦਾ ਏਜੰਡਾ ਪੈ ਗਿਆ ਹੋਇਆ ਆ, ਹੁਣ ਉਹਦੇ 'ਤੇ ਵੀ ਅਸੀਂ ਜਿਹੜੇ ਹੈਗੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਸ਼ੁਰੂ ਕਰ ਰਹੇ ਹਾਂ। ਮੈਕਸੀਮਮ 1 ਮੰਥ ਮੁਲਾਜ਼ਮਾਂ ਦੀ ਭਰਤੀ, ਕਿਉਂਕਿ ਬਹੁਤ ਸਾਰੇ ਕੈਂਡੀਡੇਟ ਸੀਗੇ ਉਹਨਾਂ ਦੀਆਂ ਫਾਈਲਾਂ ਦੀ ਸਕਰੂਟਨੀ ਚੱਲ ਰਹੀ ਹੈਗੀ ਹੈ। ਸਕਰੂਟਨੀ ਕਮੇਟੀ ਹੈਗੀ ਹੈ, ਇੱਕ ਸਿਲੈਕਸ਼ਨ ਕਮੇਟੀ ਹੈਗੀ ਆ, ਦੋਨੋਂ ਕਮੇਟੀਜ਼ ਰਲ ਕੇ ਜਿਹੜੀਆਂ ਹੈਗੀਆਂ ਉਹਦੇ 'ਤੇ ਕੰਮ ਕਰ ਰਹੀਆਂ ਹੈਗੀਆਂ, ਐਂਡ ਆਈ ਥਿੰਕ ਵਿਦ ਇਨ 2 ਵੀਕਸ ਟਾਈਮ ਜਿਹੜੀ ਹੈਗੀ ਰਿਕਰੂਟਮੈਂਟ ਹੋ ਜਾਏਗੀ। ਟਾਈਮ ਟੂ ਟਾਈਮ ਡਿਵੈਲਪਮੈਂਟ ਦੇ ਜਿਹੜੇ ਹੈਗੇ ਆ ਮੌਕੇ ਉਹ ਮੈਂ ਚੈੱਕ ਆਪ ਵੀ ਕਰ ਰਹੀ ਹੈਗੀ ਹਾਂ ਅਤੇ ਉਹਨਾਂ ਨੂੰ ਕੰਪਲੀਟ ਵੀ ਕਰਵਾ ਰਹੀ ਹੈਗੀ ਹਾਂ। ਸਾਰੇ ਇਨ ਪ੍ਰੋਗਰੈਸ ਹੈਗੇ ਆ ਅਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹ ਵੀ ਸਾਰੇ ਕੰਪਲੀਟ ਮਿਲਣਗੇ। ਹਾਊਸ ਹੈਸ ਦੇ ਵਿੱਚ ਜਿਹੜੇ ਰੁਪਏ ਆਉਂਦੇ ਹੈਗੇ ਤੁਸੀਂ ਸਹੀ ਕਹਿ ਰਹੇ ਹੈਗੇ ਆ, ਉਹ ਅਸੀਂ 20 ਲੱਖ ਰੁਪਇਆ ਹਲੇ ਐਨੀਮਲ ਸੁਸਾਇਟੀ ਜਿਹੜੀ ਹੈਗੀ ਉਹਨਾਂ ਨੂੰ ਟ੍ਰਾਂਸਫਰ ਕੀਤਾ ਹੈਗਾ ਆ, ਕਿਉਂਕਿ ਮੇਨਲੀ ਤਾਂ ਉਹਨਾਂ ਨੇ ਦੇਖਣਾ ਹੁੰਦਾ ਹੈ। ਇੱਥੇ ਅਸੀਂ ਹਾਊਸ ਦੇ ਪੱਧਰ 'ਤੇ 2 ਮਤੇ ਪਾਸ ਕੀਤੇ ਹੈਗੇ ਆ, ਜਿਹਦੇ ਵਿੱਚ ਕਿ 2 ਗਊਸ਼ਾਲਾਵਾਂ ਜਿਹੜੀਆਂ ਇੱਥੇ ਹੈਗੀਆਂ ਉਹਨਾਂ ਨੂੰ ਈਅਰਲੀ ਅਸੀਂ ਐਨੂਅਲੀ 1-1 ਲੱਖ ਰੁਪਇਆ ਦੇਵਾਂਗੇ, ਤਾਂ ਕਿ ਜਿਹੜੇ ਪਸ਼ੂ ਹੈਗੇ ਉਹ ਕੇਅਰ ਕਰ ਹੀ ਰਹੇ ਹੈਗੇ ਆ, ਬਟ ਸਾਡਾ ਵੀ ਉਹਦੇ 'ਚ ਯੋਗਦਾਨ ਹੋ ਜਾਏਗਾ। ਨਹੀਂ, ਮੇਰੇ ਨੋਟਿਸ ਇਹੋ ਜਿਹਾ ਕੋਈ ਸਰਵੇ ਨਹੀਂ ਹੋਇਆ ਹੈਗਾ, ਬਟ ਜੇ ਰਿਕੁਆਇਰਡ ਹੋਇਆ ਅਸੀਂ ਜ਼ਰੂਰ ਕਰਾਵਾਂਗੇ। ਸਿਟੀ ਦੇ ਵਿੱਚ ਇੰਨੇ ਜ਼ਿਆਦਾ ਪਸ਼ੂ ਨਹੀਂ ਹੈਗੇ, ਔਰ ਅਸੀਂ ਇਸੇ ਕਰਕੇ ਇਸ ਵਾਰੀ ਟਾਈ ਅਪ ਕੀਤਾ ਹੈਗਾ ਗਊਸ਼ਾਲਾਵਾਂ ਦੇ ਨਾਲ, ਅਤੇ ਨਾਲ ਹੀ ਹੁਣ ਇੱਕ ਡੋਗ ਦੀ ਮੇਨਟੇਨੈਂਸ ਵਾਸਤੇ ਵੀ ਇੱਕ ਐਨ ਜੀ ਓ ਹੈਗੀ ਹੈ, ਉਹਨਾਂ ਨੂੰ ਵੀ ਅਸੀਂ ਬਹੁਤ ਜਲਦੀ ਆਪਣੇ ਨਾਲ ਇੱਥੇ ਐਸੋਸੀਏਟ ਕਰਾਂਗੇ। ਅਤੇ ਜਿਹੜਾ ਸਿਵਲ ਹੋਸਪਿਟਲ ਦਾ ਹੁੰਦਾ ਕੂੜਾ ਉਹ ਬਾਇਓਮੈਡੀਕਲ ਵੇਸਟ ਹੁੰਦਾ, ਉਹਨਾਂ ਨੇ ਆਪਣੇ ਐਗਰੀਮੈਂਟ ਅਲੱਗ ਕੰਪਨੀਜ਼ ਨਾਲ ਕੀਤੇ ਹੁੰਦੇ ਆ, ਜੇ ਉਸ ਤੋਂ ਇਲਾਵਾ ਵੀ ਉਹਨਾਂ ਨੂੰ ਕੋਈ ਸਾਡੀ ਮਦਦ ਦੀ ਲੋੜ ਹੈਗੀ ਆ, ਦੇ ਕੈਨ ਆਈ ਵਿਲ ਕਾਲ ਅ ਮੀਟਿੰਗ ਵਿਦ ਦੈਮ, ਉਹਨਾਂ ਨੂੰ ਪੁੱਛ ਲਵਾਂਗੇ ਕਿੱਥੇ ਸਮੱਸਿਆ ਆ ਰਹੀ ਹੈਗੀ, ਅਸੀਂ ਉਹਦੀ ਲਿਫਟਿੰਗ ਕਰਾ ਦਵਾਂਗੇ। ਕਿੱਦਾਂ ਦੀ ਰਿਕੁਆਇਰਮੈਂਟ ਦੱਸੀ ਰਿਕੁਆਇਰਮੈਂਟ ਦੱਸੀ ਨਹੀਂ ਉਹਨਾਂ ਨੇ ਨਹੀਂ ਦੱਸੀ।